IRCC ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਲਈ ਅੱਜ ਵੱਡਾ ਅਪਡੇਟ ਆਇਆ ਹੈ ਜਿਸ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੇ ਕੋਰਸੇ ਬਾਰੇ ਐਲਾਨ ਕੀਤਾ ਗਿਆ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਵਿਦੇਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਕਮਲਪ੍ਰੀਤ ਕੌਰ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਹਰ ਦੇਸ਼ ਦੀਆਂ ਇਮੀਗ੍ਰੇਸ਼ਨ ਸੰਬੰਧਿਤ ਸਹੀ ਤੇ ਤਾਜ਼ਾ ਖਬਰਾਂ ਦੇਖਣ ਲਈ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰੋ ਤੇ ਨਾਲ ਹੀ ਬੈਲ ਆਈਕਨ ਬਟਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਜਿਸ ਬਾਰੇ ਤੁਹਾਨੂੰ ਅੱਗੇ ਵਿਸਤਾਰ ਵਿੱਚ ਦੇਵਾਂਗੇ ਸਾਰੀ ਜਾਣਕਾਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ 2021 ਦੇ ਅੰਤ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫਾਈਲਾਂ ਦਾ ਬੈਕਲੌਗ ਕਲੀਅਰ ਕੀਤਾ ਜਾਵੇਗਾ ਤਾਂ ਉਸ ਨੂੰ ਦੇਖਦੇ ਹੋਏ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣੀ ਸਟੱਡੀ ਡੈਫਰ ਕਰ ਰਹੇ ਹਨ ਤਾਂ ਉਹ ਆਪਣਾ ਨਵਾਂ ਅਕਸੈਪਟੈਂਸ ਲੈਟਰ ਹਾਈ ਕਮਿਸ਼ਨ ਨੂੰ ਜਮ੍ਹਾਂ ਕਰਵਾਉਣ ਜੋ ਕਿ ਉਹਨਾਂ ਨੂੰ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਮਿਲਿਆ ਹੈ ਡੈਫਰ ਦਾ ਮਤਲਬ ਜਿੰਨਾ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਆਨਲਾਈਨ ਕਲਾਸਿਸ ਹੁਣ ਸ਼ੁਰੂ ਹੋਣੀਆਂ ਸੀ ਪਰ ਉਹਨਾਂ ਨੇ ਕਿਸੇ ਕਾਰਨ ਕਰਕੇ ਆਨਲਾਈਨ ਕਲਾਸਿਸ ਨਹੀਂ ਲਈਆਂ ਜਾਂ ਨਹੀਂ ਲਗਾਉਣਾ ਚਾਹੁੰਦੇ ਸਨ ਤਾਂ ਉਹਨਾਂ ਨੇ ਆਪਣੀਆਂ ਕਲਾਸਿਸ ਡੈਫਰ ਕਰ ਲਈਆਂ ਹਨ ਸਪਟੰਬਰ ਇਨਟੇਕ ਲਈ ਤਾਂ ਉਹ ਸਟੂਡੈਂਟ ਆਪਣਾ ਨਿਊ ਅਕਸੈਪਟੈਂਸ ਲੈਟਰ ਜਮ੍ਹਾਂ ਕਰਨ ਜਿਸ ਨਾਲ ਹਾਈ ਕਮਿਸ਼ਨ ਨੂੰ ਪਤਾ ਚੱਲ ਸਕੇ ਕਿ ਕਿੰਨੇ ਸਟੂਡੈਂਟਸ ਆਨਲਾਈਨ ਸਟੱਡੀ ਕਰ ਰਹੇ ਹਨ ਤੇ ਕਿੰਨੇ ਹਲੇ ਸੇਮ ਕਾਲਜ ਵਿੱਚ ਅਨਰੋਲ ਹਨ ਤੇ ਕਿੰਨਿਆਂ ਨੇ ਡੈਫਰ ਕਰ ਲਿਆ ਹੈ ਜਿਸ ਨਾਲ ਕਿ ਹਾਈ ਕਮਿਸ਼ਨ ਨੂੰ ਪਤਾ ਚੱਲ ਸਕੇ ਕਿ ਕਿੰਨਾ ਐਕਚੁਅਲ ਦੇ ਵਿੱਚ ਬੈਕਲੌਗ ਹੈ ਪਿੱਛੇ ਅੱਜ ਦੀ ਵੀਡੀਓ ਵਿੱਚ ਦੱਸੇਗੀ ਜਾਣਕਾਰੀ ਬਾਰੇ ਜੇ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕੈਨੇਡਾ ਇਨ ਇੰਡੀਆ ਟਵਿੱਟਰ ਅਕਾਊਂਟ ਤੋਂ ਇਹ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹੋ ਅਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਵੀ ਦਿੱਤਾ ਹੈ ਜਿਸ ਤੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜੇ ਤੁਸੀਂ ਹੋਰ ਵਿਦੇਸ਼ ਦੀਆਂ ਤਾਜ਼ਾ ਤੇ ਮਤਮ ਭਰਨ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਪੰਜਾਬੀ ਵਿਦੇਸ਼ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਮੈਨੂੰ ਦਿਓ ਇਜਾਜ਼ਤ ਸ਼ਸ਼੍ਰੀ ਅਕਾਲ